ਕਮ ਸਾਰਿਆਂ ਨੂੰ ਨਵੀਂ ਵੀਡੀਓ ਦੇ ਵਿੱਚ ਤੇ ਬਾਈ ਆ ਏਡੀ ਉੱਪਰ ਚੜਨ ਦੇ ਅਰਸ਼ਾਦ ਆ ਆ ਨਿੱਕਾ ਮੁੰਡਾ ਵਾ ਤੇ ਆ ਖੁਰਕ ਲੈ ਕੇ ਚੱਲੇ ਆ ਠੀਕ ਆ ਤੇ ਇਹ ਜਿਹੜੇ ਬੋਰੇ ਆ ਲਾ ਕੇ ਆਪਾਂ ਰੱਖਣੇ ਆ ਭਾਰ ਕੇ ਉੱਤੇ ਲਾ ਦਿੱਲੇ ਆ ਤੇ ਆ ਡੇਰਾ ਵਿਹਲਾ ਕਰਨੇ ਆ ਕਿਉਂਕਿ ਮਹਿਮਾਨਾਂ ਮਹਿਮਾਨਾਂ ਨੇ ਆਉਣਾ ਹੁੰਦਾ ਵਾ ਤੇ ਉਹਨਾਂ ਲਈ ਡੇਰਾ ਯਾਰ ਆ ਦਰਵਾਜ਼ਾ ਕਿੰਨੇ ਬੰਦ ਕਰਨਾ ਸਾਰੇ ਤੁਸੀਂ ਉੱਤੇ ਚੜ ਕੇ ਦਰਵਾਜ਼ਾ ਕਿੰਨੇ ਤੁਮ ਚੈੱਕ ਕੀਤੇ ਆ ਡਰਾਈਵਰ ਸਾਹਿਬ ਉਤਰ ਕੇ ਆ ਬੈਠੇ ਹੋਏ ਉਹ ਉੱਤੇ ਚੜ ਕੇ ਤਿੰਨੇ ਜਣੇ ਡਰਾਈਵਰ ਸਾਹਿਬ ਉਤਰ ਕੇ ਦਰਵਾਜ਼ਾ ਬੰਦ ਕਰਨਗੇ ਕਿਆ ਬਾਤ ਕੰਡ ਲੱਗਾ ਲੜਨ ਲੱਗ ਪਈ ਸੀ ਆਉਂਦੀ ਝੋਨੇ ਦੀ ਤੇ ਫਿਰ ਮੈਂ ਨਹਾ ਲਿਆ ਹੁਣ ਆਪਾਂ ਜਾਂਦੇ ਹਾਂ ਟਰਾਲੀ ਲੈਣ ਅਤੇ ਟਰਾਲੀ ਲੈ ਕੇ ਆਉਂਦੇ ਹਾਂ ਅਤੇ ਆਹ ਆਪਣੇ ਕੋਲ ਇੱਕ ਮੋਟਰਸਾਈਕਲ ਆ ਇਹਦੇ 'ਤੇ ਜਾਣਾ ਆਪਾਂ ਚੱਲੀਏ ਅਤੇ ਤੁਹਾਨੂੰ ਅੱਗੇ ਮੈਂ ਜਦੋਂ ਟਰੈਕਟਰ ਲੈ ਕੇ ਜਾਂਦਾ ਪਿਆ ਉੱਥੋਂ ਟਰੈਕਟਰ ਬੰਦ ਕੀਤਾ ਅਤੇ ਜਦੋਂ ਚਲਾ ਕੇ ਖੜਿਆ ਟਰੈਕਟਰ ਐਂ ਜਾਂਦਾ ਐਂ ਹੋ ਜਾਵੇ ਫਿਰ ਐਂ ਹੋ ਜਾਵੇ ਫਿਰ ਖੜਾ ਹੋ ਜਾਵੇ ਬੜਾ ਮਜ਼ਾ ਆਇਆ ਜਦੋਂ ਚੱਲਦੇ ਗੋਦਾਮ ਦੇ ਵਿੱਚ ਆਪਾਂ ਚਾਵਲ ਲਗਾਉਂਦੇ ਪਏ ਹਾਂ ਆਪਣੇ ਠੀਕ ਆ ਆਹ ਮਕਈ ਆ ਕਿਸੇ ਹੋਰ ਨੇ ਲਗਾਈ ਹੋਈ ਆ ਸਟਾਕ ਕੀਤੀ ਹੋਈ ਆ ਅਤੇ ਆਹ ਆਪਣੇ ਚਾਵਲ ਲੱਗਣ ਦੇ ਇੱਥੇ ਠੀਕ ਆ ਕਿੰਨੀਆਂ ਬੋਰੀਆਂ ਹੋ ਗਈਆਂ ਤਿਆਰ ਕੀਤਾ ਹੈਗਾ ਠੀਕ ਆ ਦੇਖ ਲਓ ਖੜ੍ਹੇ ਆ ਟਰੈਕਟਰ ਲੈ ਕੇ ਜਾਣਾ ਠੀਕ ਆ ਤਕਰੀਬਨ 50-60 ਬੋਰੀਆਂ ਆਈਆਂ 50-60 ਬੋਰੀਆਂ ਆਈਆਂ ਠੀਕ ਆ ਆਹ ਤਿੰਨ ਬੰਦੇ ਆ ਜਿਹੜੇ ਕੰਮ ਕਰਨ ਦੇ ਅਤੇ ਆਹ ਖੁਰਕ ਟਰੈਕਟਰ ਸੀ ਅੱਗੋਂ ਇੱਦਾਂ ਉੱਠਦਾ ਸੀਗਾ ਜਿੱਦਾਂ ਕਿ ਤੁਸੀਂ ਮੇਰੀ ਵੀਡੀਓ ਦੇਖ ਚੁੱਕੇ ਜੇ ਕਿ ਇੱਥੋਂ ਤੱਕ ਕਿ ਆਪਾਂ ਝੋਨਾ ਜਿਹੜਾ ਸਟਾਕ ਕਰ ਲਿਆ ਵਾ ਉਹਦੇ ਅੰਦਰ ਆਪਣਾ ਗੋਦਾਮ 'ਚ ਜਾ ਕੇ ਅਤੇ ਝੋਨਾ ਸਟਾਕ ਕਰਨ ਦੀ ਆਪਣੀ ਅਸਲ ਵਜ੍ਹਾ ਇਹ ਆ ਕਿ ਇਸ ਟਾਈਮ ਆਪਣੇ ਝੋਨੇ ਦਾ ਰੇਟ ਕੋਈ ਨਹੀਂ ਲੱਗ ਰਿਹਾ ਜੇ ਰੇਟ ਬਹੁਤ ਡਾਊਨ ਜਾ ਰਿਹਾ ਸੀਗਾ ਇਸ ਵਜ੍ਹਾ ਤੋਂ ਆਪਾਂ ਸਟਾਕ ਕਰ ਲਿਆ ਵਾ ਆਪਣਾ ਦੁਕਾਨਾਂ ਦੇ ਅੰਦਰ ਅਤੇ ਹੁਣ ਜਦੋਂ ਰੇਟ ਅੱਪ ਹੋਏਗਾ ਉਦੋਂ ਵੇਚ ਦਾਂਗੇ ਸਿੱਧੀ ਜਿਹੀ ਗੱਲ ਅਗਰ ਮਿਹਨਤ ਸਾਰੀ ਆਪ ਕੀਤੀ ਹੈ ਜਿੱਥੋਂ ਤੱਕ ਪਨੀਰੀ ਪੱਟ ਕੇ ਲਾ ਕੇ ਇੱਕ ਇੱਕ ਬੂਟੇ ਨੂੰ ਲਾ ਕੇ ਬਾਅਦ ਝੋਨਾ ਕੱਢ ਕੇ ਘਰ ਲਿਆ ਕੇ ਸੁਕਾ ਕੇ ਫਿਰ ਬੋਰੀਆਂ 'ਚ ਪਾ ਲਿਆ ਵਾ ਫਿਰ ਆਪਾਂ ਉਦੋਂ ਹੀ ਵੇਚ ਲਾਂਗੇ ਜੇ ਸੁਕਾ ਕੇ ਹੀ ਵੇਚਣਾ ਵਾ ਤਾਂ ਫਿਰ ਬੰਦਾ ਆਪ ਹੀ ਆਪਣਾ ਪ੍ਰੋਡਕਟ ਬਣਾ ਕੇ ਵੇਚੇ ਇਹ ਵੀ ਇਰਾਦਾ ਹੈਗਾ ਸਾਰੇ ਜਣੇ ਦੋਸਤ ਕਮੈਂਟ ਕਰਕੇ ਦੱਸਿਓ ਕਿ ਆਪਣਾ ਪ੍ਰੋਡਕਟ ਬਣਾ ਕੇ ਸੇਲ ਕਰਨਾ ਕੈਸਾ ਰਹੇਗਾ ਅਤੇ ਨਾਲ ਆਪਣਾ ਇੱਕ ਹੋਰ ਕੰਮ ਹੈਗਾ ਕਿ ਜਿਹੜੀ ਆਪਣੀ ਸਟਾਕ ਕੀਤੀ ਹੈ ਜੇ ਸੇਲ ਉਦੋਂ ਕਰਾਂਗੇ ਜਦੋਂ ਕੋਈ ਰੇਟ ਕਾਫੀ ਜ਼ਿਆਦਾ ਅੱਪ ਹੋਵੇ ਜਦੋਂ ਇਹ ਆਪਣਾ ਝੋਨਾ ਖਰਚਾ ਆਪਣਾ ਕੰਮ ਸੋ ਕੰਮ ਪੂਰਾ ਕਰ ਜਾਵੇ ਅਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਓਕੇ ਹੋ ਗਿਆ।